ਤਾਂ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427719817। ਸਤਿ ਸ਼੍ਰੀ ਅਕਾਲ ਬਾਈ, ਨਾਮ ਐਡਰੈਸ ਦੱਸੋ ਜੀ। ਨਾਮ ਸੰਦੀਪ, ਪਿੰਡ ਧੌਲਾ, ਮੋਬਾਈਲ ਨੰਬਰ ਹੈਗਾ 9685303253। 9685303253। ਦੋ ਤਾਜ਼ੀਆਂ ਅਤੇ ਇੱਕ ਤੋਕੜ ਗੱਭਣ ਚੈੱਕ ਵਾ। ਜਿਹੜੀ ਪਹਿਲੇ ਨੰਬਰ ਤੋਕੜ ਗੱਭਣ ਦੇਖ ਰਿਹਾ, ਕਿਹੜਾ ਸੋਸੂਈ ਵੀ ਆ? ਠੀਕ ਹੈ। ਕਿੰਨਾ ਕੁ ਦੁੱਧ ਦੀ ਤਾਜ਼ੀ ਦਾ? ਭਰਪੂਰ ਗਈ, ਬੰਦੇ ਨੂੰ ਪਿਛਲੀ ਵਾਰ ਦਿੱਤੀ ਸੀ, ਅੱਜ ਕੀ ਫਿੱਕੀ ਰਹੀ, ਇੱਕ 5 ਦਿਨ ਪਿਛਲੀ ਵਾਰ ਆਪ ਦਿੱਤੀ ਕਰਾਂਗੇ। ਤਾਜ਼ੀ ਕਿੰਨਾ ਦੁੱਧ ਸੀ? ਤਾਜ਼ੀ ਥੱਲੇ 32-33 ਕਿਲੋ ਦਾ ਦਿੱਤਾ, ਫਾਰਮ 'ਚ ਖੁੱਲੀ ਫਿਰਦੀ ਨੇ। ਠੀਕ ਹੈ, ਅਤੇ ਧਾਰਾ ਦੂਰਾ ਓਕੇ ਆ? ਤਾਂ ਲੇਵਾ ਦੱਸ ਦੇਣਾ ਵੀ ਦੁੱਧ ਵਾਲੀ ਹੈ ਕਿ ਨਹੀਂ ਹੈ ਤੇਰੇ ਕੋਲ। ਚਵਾਈ ਦਾ ਇੱਕ ਨੰਬਰ, ਬੁੜੀ ਚੋਲੇ ਬੰਦਾ ਚੋਲੇ ਤੋਰੀ ਬਾਹਰ ਨੂੰ। ਸੋ ਵੀਰੋ ਕੱਦ ਕਾਠ ਵਗੈਰਾ ਦੇਖੋ, ਬੈਠਦਾ ਸਾਫ਼ ਸੁਥਰਾ, ਤੋਕੜ ਗੱਭਣ ਚੈੱਕ ਪਾਸ, 5 ਮਹੀਨਿਆਂ ਦੀ ਚੈੱਕ ਪਾਸ ਆ, 55,000 ਰੁਪਏ ਕੀਮਤ ਆ, ਨਰਮ ਇਹਦੇ ਵਿੱਚ ਹੋ ਜਾਣੀ ਆ। 14 ਲੀਟਰ ਦੁੱਧ ਇਸ ਵਕਤ ਝੋਣ ਦਾ ਹਾਜ਼ਰ ਆ ਜਾਵਾਂ। ਫੁੱਲ ਵੱਡੀ ਆ ਬਾਈ, ਤੇ ਚੈੱਕ ਆਪਾਂ ਕਰਵਾ ਕੇ ਲਿਆਂਦੀ ਆ, ਕਰਵਾ ਕੇ ਲੈ ਕੇ ਆਪਾਂ ਚੈੱਕ ਕਰਵਾ ਕੇ ਲੈ ਕਹਿੰਦੀ ਆ, ਬੰਦਾ ਜਿਹੜਾ ਕੋਈ ਲਊਗਾ ਵੀ ਡਾਕਟਰ ਨਾਲ ਲਿਆ, ਉਹਦਾ ਡਾਕਟਰ ਨਾਲ ਲੈ ਕੇ ਆਇਓ ਜੇ ਮੈਂ ਕੱਲੂ, ਇਹ 5 ਨਿਕਲੇ 3 ਨਿਕਲ ਗਈ ਹਨਾ, 5 ਮਹੀਨਿਆਂ ਤੋਂ ਬਾਅਦ ਚੈੱਕ ਪਾਸ ਆ ਬਾਈ, ਥਾਣ ਦਿਖਾ ਦੇ ਮਾੜਾ ਜਿਹਾ ਗੁਲਾਬੀ ਆ, ਮੁੱਠੀ ਵਾਲਾ ਥਣ ਲੱਗਿਆ ਦੇਖ। ਸੋ ਮੁੱਠੀ ਵਾਲਾ ਸੋਹਣਾ ਸਾਫ਼ ਸੁਥਰਾ ਥਾਣ ਆ ਹਨਾ, ਤੇ ਧਾਰਾ ਧੁਰਾ ਵੀ ਓਕੇ ਆ ਜਮਾ ਹਨਾ। ਹਾਂ ਦੇਖ ਲਾ, ਬਾਕੀ ਆ ਧਾਰਾਂ ਦਾ ਆਪਾਂ ਮਾਰਤੀ ਹਾਲੇ ਪੱਛਮੀ ਨਿਗਾਹ। ਠੀਕ ਹੈ, ਬਸ ਉਦੋਂ ਵੀ ਥਣ ਸਹੀ ਆ ਜਾ ਰਿਹਾ, ਸਹੀ ਨੇ। ਤੇ ਅੱਗੇ ਆਪਾਂ 2 ਨੰਬਰ ਤੇ ਗੱਲ ਕਰਾਂ, ਜਰਸੀ ਦੀ, ਇਹ ਪੰਜਾਬ ਵਾਲੀ ਜਰਸੀ ਆ ਬਾਈ। ਠੀਕ ਹੈ, ਆਪਣੇ ਘਰੇ ਹੁਣੀ ਆਈ ਆ ਹਲੇ ਇਹ ਯਾਰ। ਠੀਕ ਹੈ, ਆਪਾਂ ਲੈ ਕੇ ਆਂਦੀ ਆ ਹਲੇ, ਤੇ ਮਾਲਕਾਂ ਨੇ ਕਿਹਾ ਦੱਸਣ ਅਨੁਸਾਰ 20 ਕਿਲੋ ਦੁੱਧ ਤਿਆਰ ਆ ਇਹਦੇ। ਠੀਕ ਹੈ, ਮੰਨ ਕੇ ਚੱਲੇ ਵੀ ਕਿਲੋ ਖਾਣ, 18 ਕਿਲੋ ਮੰਨ ਕੇ ਲਈਏ ਮਾਲਕਾਂ ਦੇ ਘਰੋਂ, 18 ਮੰਨ ਕੇ ਲੈ ਲੈ ਬੰਦਾ। ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਸੂਈ ਨੂੰ ਅੱਜ 17-18 ਦਿਨ ਹੋ ਗਏ ਬਾਈ, ਸੂਈ ਨੂੰ 17-18 ਦਿਨ ਹੋ ਗਏ ਸੂਈ। ਮਾਲਕ ਦਾ 15 ਦਿਨ ਕਿਹਾ, ਬਸ 2-3 ਦਿਨ ਬਾਅਦ ਹੀ ਦੱਸਾਂਗੇ। ਠੀਕ ਹੈ, ਤੇ ਭਾਅ ਇਹਦਾ ਕੀ ਰਹੂਗਾ? ਬਸ ਮੁੱਲ ਕਰਾਉਣ ਨੂੰ ਜਿਹੜਾ ਕੋ ਮਰਜ਼ੀ, ਮੁੱਲ ਕਰਾ ਲੈ 75 ਦਾ, ਕੁਝ ਮਰਜ਼ੀ ਕਰਾ ਲੈ, 32 ਦੇਵਾਂਗੇ ਆਪਾਂ 72,000 ਦੀ ਮਾਨ ਤਨ ਹੋ ਜੀ। ਬਾਈ ਟਾਡਰ ਜਮਾ ਲੇਵਾ ਜਮਾ ਇਹ ਝਾੜ ਜਾਂਦੀ ਆ, ਅੱਗੇ ਪਿੱਛੇ ਦਾ ਲੇਵਾਗਾ, ਪਿੱਛੇ ਇਹਦੇ ਬੱਚਾ ਹਨਾ, ਪਿੱਛੇ ਬੱਸਾ ਬਾਈ, ਥਾਣ ਮੁੱਠੀ ਵਾਲਾ, ਸੋ ਥਾਣ ਥੋਂ ਦੀ ਸਾਫ਼ ਸੁਥਰੀ ਧੋਰੀ ਬਾਹਰ ਨੂੰ ਧੋਰ ਬਈ ਨੂੰ। ਸੋ ਬਰੋ ਮੂੰਹ ਮੱਥਾ ਦੇਖੋ ਸਾਫ਼ ਸੁਥਰੀ, ਲੇਵਾ ਬਹੁਤ ਆ ਬਾਈ ਯਾਰ, ਜੇ ਮੰਨ ਕੇ ਚੱਲਾ ਵੀ ਆਪਾਂ ਕਹਿਣਾ ਹੋਵੇ ਦੁੱਧ ਛੱਡ ਕੇ ਲੇਵੇ ਦੇ ਵਿੱਚ ਵੀਡੀਓ ਬਣਾਉਣੀ ਹੁੰਦੀ ਤਾਂ ਲੇਵਾ ਗਾਂ ਤੋਂ ਤੁਰਿਆ ਨਹੀਂ ਆਉਂਦਾ ਬੱਸੀ ਤੋਂ। ਠੀਕ ਹੈ, ਹੁਣ ਬੰਦਾ ਜੀ ਹਲੇ ਬਾਈ ਹਲੇ, ਠੀਕ ਹੈ, ਸਵੇਰੇ ਆਪਾਂ ਧਾਰਾ ਮਾਰ ਕੇ ਲਿਆਂਦੀ ਆ, ਸਵੇਰੇ ਧਾਰਾ ਮਾਰ ਕੇ ਲੈ ਕਹਿੰਦੀ ਆ, ਆਪਾਂ 4-4.5 ਕਿਲੋ ਚੋਤਾ ਸੀਗਾ। ਠੀਕ ਹੈ, ਮੰਨ ਕੇ ਚੱਲ 9-9.5 ਦਾ ਟਾਈਮ ਹੋਇਆ ਪਿਆ। ਠੀਕ ਹੈ, ਹਾਂ, ਤੇ ਚਵਾਈ ਦੀ ਇੰਨੀ ਠੰਡੀ ਹੈ, ਚਾਹੇ ਦੋਨੇ ਪਾਸੇ ਬਹਿ ਕੇ ਚੋਲਣ ਬੰਦਾ, ਕੋਈ ਦਿੱਕਤ ਨਹੀਂ। ਹਾਂ, ਫਾੜੀ ਵਾਲੇ ਬਾ ਬਾਈ। ਠੀਕ ਹੈ, ਥਾਂ ਥੁਣ ਚਾਰੇ ਨਿਖੜਵੇਂ ਹਨਾ, ਇਹਦਾ ਭਾਅ ਆਪਾਂ ਦੱਸਿਆ 72,000 ਦੀ ਬੱਸੀ ਦੇ ਦਾਂਗੇ, ਅੱਗੇ ਪਿੱਛੇ ਦਾ ਲੇਵਾ, ਲੇਵਾ ਫਿਰ ਜਿਵੇਂ ਫੋਰਨ ਕੰਟਰੀਆਂ 'ਚ ਲੇਵਾ ਹੁੰਦਾਗਾ। ਠੀਕ ਹੈ, ਇਹ ਹਿਮਾਚਲ ਵਾਲੀ ਨਹੀਂ ਹੈਗੀ ਬਾਈ, ਬੰਦਾ ਕੱਦ ਕਰ ਲੈ, ਆਪਾਂ ਬੰਦੇ ਦਾ ਐਡਰੈਸ ਦੇ ਦਾਂਗੇ, ਜੇ ਕੱਲ ਮੇਰੇ ਪਿੰਡ ਹੋਲੀ ਆ ਕਲਾ ਲਿਆ। ਠੀਕ ਹੈ, ਹਾਂ, ਬੰਦਾ ਜਦੋਂ ਮਰਜ਼ੀ ਜਾ ਕੇ ਉਹਨੇ ਮਾਲਕਾਂ ਨੇ ਘਰ, ਉਹਨਾਂ ਕੋਲ ਆ ਗਈ 7-8 ਗਾਂ ਵਾਲੀ ਜਰਸੀ। ਅੱਗੇ ਆਪਾਂ ਜਿਹੜੀ ਦੇਖੀ ਜਾਂਦੇ ਹਾਂ 3 ਨੰਬਰ 'ਤੇ, ਹਾਂਜੀ, ਇਹ ਪਹਿਲਾਂ ਬੱਸੀ ਆ ਬਾਈ, ਦੰਦਾਰੀ ਦੂਰ ਦੀ ਆ, ਕੱਦ ਕੁੱਦ ਬਹੁਤ ਹੈ ਇਹਦਾ ਹਨਾ, ਫੁੱਲ ਵੱਡੀ ਆ ਬਾਈ। ਹਾਂ, ਠੀਕ ਹੈ, ਕਹਿ ਦਿਨੋਗੇ ਸੂਈ ਨੂੰ? ਇਹਨੂੰ ਸੂਈ ਨੂੰ ਹੋ ਗਿਆ ਜੀ ਬਾਈ ਯਾਰ, ਆ ਨਾੜੂਆ ਨਾਲ ਹੀ ਜਾ ਰਹੀ ਹੈ, ਹਫਤਾ ਖੰਡ ਹੋ ਗਿਆ ਉਹ ਨਾੜੂਆ ਨਾਲ ਹਲੇ। ਠੀਕ ਹੈ, ਉਹ ਪਿਛਲੀ ਵਾਰ ਆਪਾਂ ਜੀ ਗੱਬਣ ਦੀ ਵੀਡੀਓ ਪਾਈ ਸੀਗੀ। ਠੀਕ ਹੈ, ਤੇ ਮੰਨ ਕੇ ਚੱਲ ਆਪਾਂ ਨੂੰ ਅਸੀਂ ਉਦੀ ਸੂਪ ਉਹ ਵੀ 5-7 ਦਿਨਾਂ ਬਾਅਦ ਸੂਈ ਆ। ਤੇ ਦੁੱਧ ਕਿੰਨਾ ਹੁਣ? ਦੁੱਧ ਬਾਈ ਕੰਡੇ ਦਾ 18 ਕਿਲੋ ਹੋਊਗਾ, 2 ਟਾਈਮ 14 ਦਾਂਗੇ 2 ਟਾਈਮ 3 ਦਾਂਗੇ। ਇਹਦਾ ਮਾੜੀ ਜਿਹੀ ਔੜ ਕਰਦੀ ਆ। ਠੀਕ ਹੈ, ਆਪਾਂ ਪਹਿਲਾਂ ਦੱਸ ਦਈਏ, ਠੀਕ ਹੈ, ਵੀ ਐ ਨਹੀਂ ਹੈਗਾ ਵੀ ਲੱਤਾਂ ਮਾਰਦੀ ਹੈ ਜਾਂ ਕਰਦੀ ਆ, ਮੜਾ ਵੀ ਪਹਿਲਾਂ ਬੱਸੀ ਹੈਗੀ, ਭਲਾਂ ਕੋਲਾਂ ਕਰਕੇ ਔੜ ਕਰਦੀ ਆ, ਮੈਂ ਦੂਜਾ ਪੈ ਕਰਾ ਕੇ ਸ਼ਰਾਬੀ ਜੀ ਹੁੰਦੀ ਆ। ਨਹੀਂ ਨਹੀਂ, ਇੰਨਾ ਵੀ ਨਹੀਂ ਕਰਦੀ ਵੀ ਬੰਦਾ ਚੱਲ ਐਵੇਂ, ਚਾਹੇ 20 ਚੋਲਣ ਚਾਹੇ ਬੰਦਾ ਚੋਲੇ। ਠੀਕ ਹੈ, ਕਿਹੜਾ ਮਾੜੀ ਜੀ ਔੜ ਕਰਦੀ ਆ, ਜੀਵ ਜੀ ਕੱਢਦੀ ਆ। ਹਾਂ, ਠੀਕ ਹੈ, ਵੀ ਡਰਦੀ ਹੈ। ਇਹਦਾ ਭਾਅ ਕੀ ਆ? ਥਣ ਲੈਵੇ ਦੀ ਬਹੁਤ ਸਾਫ਼ ਹੋਈ ਹੈ ਵੀ, ਭਾਅ ਇਹਦਾ ਮੁੱਲ ਇਹਦਾ ਜੋ ਕਿ ਮਰ ਗਿਆ 90,000 ਦੀ ਵੱਢ ਦੇ ਦਾਂਗੇ।
ਕਿੰਨਾ ਦੁੱਧ ਮੰਨ ਕੇ ਲਵੇ ਬੰਦਾ? ਦੁੱਧ ਵੀ 25 ਕਿਲੋ ਦੂ ਲੈਵੇ ਤੇ ਪਹਿਲਾਂ ਸੁਭਰ ਮੂੰਹ ਮੱਥਾ ਦੇਖੋ ਕੱਦ ਕਾਠ ਪਲੂਣ ਪਹਿਲਾਂ ਸੀ ਦੰਦੋ ਦੋ ਦੀ ਚੌਕੀ ਹੋਊ ਹਣ ਦੰਦਾ ਜੀ ਬਈ ਦੋ ਦੰਦ ਕੰਪਲੀਟ ਕਰਕੇ ਚੌਕਰੇ ਦੰਦ ਚੱਕਣ ਲੱਗ ਗਈ। ਠੀਕ ਆ ਵੱਡੀ ਵੱਡੀ ਬਹੁਤ ਆ ਹਣਾ ਵੱਡੀ ਬਈ ਬਾਦਨ ਪੂਜਨ ਬਹੁਤ ਆ ਸਿਆਲ ਹੁੰਦਾ ਬੈਠਦਾ ਕੋਈ ਲੇਖੀ ਨਹੀਂ। ਠੀਕ ਹੈ ਸੋ ਪਲੀ ਪੁਲੀ ਬਹੁਤ ਆ ਤੇ ਨਾੜਾ ਦਿਖਾ ਬਾਈ ਬਈ ਸਰ ਨਾੜਾ ਦੇਖੋ ਮੈਂ ਕਿਵੇਂ ਬੰਦਾ ਹੱਥੇ ਹੱਥੀ ਚਵਾਈ ਗੱਲ ਚਾਹੇ ਮਸ਼ੀਨ ਨਾਲ ਲੈ ਜੇ ਜਾਂ ਮਸ਼ੀਨ ਨਾਲ ਬੰਦਾ ਲੈ ਗਿਆ ਤਾਂ 30 ਕਿਲੋ ਦੁੱਧ ਦੇ ਦੂ ਬਸੀ ਜੇ ਮਸ਼ੀਨ ਨਾਲ ਤਾਂ ਵੱਧ ਕੱਢ ਜਾਂਦੇ ਹੋ ਹਣਾ ਬਾਕੀ ਲੇਵੇ ਤੇ ਨਾੜਾ ਨੂੜਾ ਜਿਵੇਂ ਪਹਿਲਾਂ ਬਸੀ ਆ ਬਈ ਯਾਰ। ਠੀਕ ਹੈ ਲੇਵਾ ਫਿੱਟ ਫਾੜ ਜਾ ਹਣਾ ਅੱਗੇ ਪਿੱਛੇ ਦਾ ਲੇਵਾ ਨਾ ਇਹ ਲੇਵੇ ਨੂੰ ਮਟੈਟ ਸਾਵੇ ਠੀਕ ਹੈ ਨਾ ਕੁਝ ਹੋਰ ਹੋਵੇ ਦੇ ਬਾਕੀ ਅੱਗੇ ਪਿੱਛੇ ਦਾ ਲੇਵਾ ਦੇਖੋ ਸੋ ਕੰਪੈਕਟ ਹਵਾਨੇ ਦੀ ਪਿੱਛੇ ਬੱਚਾਗਾ ਸੂਈ ਸਵਾਈ ਹੈ ਧਾਰਾ ਤੂ ਰੋਕ ਕੇ 99685 3253 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ।